ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦੇ ਨੇ, ਗੁਰਬਾਣੀ ਦਾ ਪਾਠ ਕਰਦੇ ਨੇ ਅਤੇ ਦਿਨ ਭਰ ਦੇ ਵਿੱਚ ਵੀ ਭਜਨ ਬੰਦਗੀ ਕਰਦੇ ਨੇ, ਕਿਸੇ ਨਾ ਕਿਸੇ ਸ਼ਬਦ ਦਾ ਜਾਪ ਜਾਂ ਜੋ ਵੀ ਬਾਣੀ ਉਹਨਾਂ ਨੂੰ ਕੰਠ ਆ ਉਹ ਬਾਣੀ ਦਾ ਪਾਠ ਕਰਦੇ ਰਹਿੰਦੇ ਨੇ ਅਤੇ ਜਿੱਥੇ ਵੀ ਮੌਕਾ ਮਿਲੇ ਦਾਨ ਪੁੰਨ ਕਰਦੇ ਨੇ, ਸੇਵਾ ਕਰਦੇ ਨੇ। ਉਹਨਾਂ ਨੂੰ ਮਹਾਂਪੁਰਖ ਜੀ ਇਹ ਦੋ ਬਹੁਤ ਕੀਮਤੀ ਗੱਲਾਂ ਸਮਝਾ ਰਹੇ ਨੇ। ਮਹਾਂਪੁਰਖ ਜੀ ਕਹਿੰਦੇ ਜੇਕਰ ਤੁਸੀਂ ਭਜਨ ਬੰਦਗੀ ਕਰਦੇ ਹੋ, ਗੁਰਬਾਣੀ ਦਾ ਪਾਠ ਕਰਦੇ ਹੋ, ਦਾਨ ਪੁੰਨ ਕਰਦੇ ਹੋ ਤਾਂ ਨਾਲ ਨਾਲ ਇਹ ਦੋ ਕੰਮ ਜ਼ਰੂਰ ਕਰਿਓ ਜੀ, ਕਿਉਂਕਿ ਇਹ ਦੋ ਕੰਮ ਕਰਨੇ ਬਹੁਤ ਜ਼ਰੂਰੀ ਆ, ਤਾਂ ਹੀ ਤੁਹਾਨੂੰ ਤੁਹਾਡੇ ਕੀਤੇ ਹੋਏ ਇਹ ਧਰਮ ਕਰਮ ਦੇ ਕੰਮਾਂ ਦਾ ਫਲ ਮਿਲੇਗਾ। ਸਭ ਤੋਂ ਪਹਿਲਾ ਕੰਮ, ਮਹਾਂਪੁਰਖ ਜੀ ਕਹਿੰਦੇ ਤੁਸੀਂ ਭਾਵੇਂ ਦਿਨ ਭਰ ਦੇ ਵਿੱਚ ਜਿੰਨੀ ਮਰਜ਼ੀ ਬਾਣੀ ਦਾ ਪਾਠ ਕਰਦੇ ਹੋ, ਜਿਹੜੇ ਮਰਜ਼ੀ ਸ਼ਬਦ ਦਾ ਜਾਪ ਕਰਦੇ ਹੋ, ਪਰ ਯਾਦ ਰੱਖਿਓ ਸਭ ਤੋਂ ਪਹਿਲਾਂ ਸਵੇਰੇ ਉੱਠਦਿਆਂ ਸਾਰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਬਹੁਤ ਜ਼ਰੂਰੀ ਆ। ਸਾਡੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੇ ਪਾਠ ਤੋਂ ਹੋਵੇ, ਫਿਰ ਦਿਨ ਭਰ ਦੇ ਵਿੱਚ ਜਿਹੜੀ ਮਰਜ਼ੀ ਬਾਣੀ ਜਿਹੜੇ ਮਰਜ਼ੀ ਵੇਲੇ ਦੇ ਵਿੱਚ ਤੁਸੀਂ ਪਾਠ ਕਰੋ। ਸਾਰਾ ਦਿਨ ਭਲਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਜਿਹੜਾ ਮਰਜ਼ੀ ਸ਼ਬਦ ਜਾਪ ਕਰੋ, ਪਰ ਸਵੇਰੇ ਉੱਠਦਿਆਂ ਸਾਰ ਜਪਜੀ ਸਾਹਿਬ ਜੀ ਦੀ ਬਾਣੀ, ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਮੁੱਢ ਹੈ। ਜਪਜੀ ਸਾਹਿਬ ਜੀ ਦੀ ਬਾਣੀ ਪ੍ਰਤੱਖ ਗੁਰੂ ਨਾਨਕ ਪਾਤਸ਼ਾਹ ਆਪ ਹੈ। ਹਰ ਕੰਮ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਤੋਂ ਹੁੰਦੀ ਆ, ਤਾਂ ਇਸ ਕਰਕੇ ਸਵੇਰੇ ਉੱਠਦਿਆਂ ਸਾਰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰਨਾ ਹੈ, ਕਿਉਂਕਿ ਕੁਝ ਭੈਣ ਭਰਾ ਇਸ ਗੱਲ ਨੂੰ ਨਹੀਂ ਜਾਣਦੇ। ਉਹ ਕੋਈ ਨਾ ਕੋਈ ਸ਼ਬਦ ਜਾਪ ਕਰਦੇ ਰਹਿੰਦੇ ਆ ਜਾਂ ਫਿਰ ਹੋਰ ਬਾਣੀਆਂ ਦੇ ਪਾਠ ਤਾਰ ਕੇ ਆ। ਤੁਹਾਨੂੰ ਬਾਣੀ ਦਾ ਪਾਠ ਕਰਨਾ, ਸ਼ਬਦ ਜਾਪ ਕਰਨਾ, ਸਮਝੋ ਤੁਹਾਡੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ, ਪਰ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਤੋਂ ਕਰਨੀ ਆ। ਮਹਾਂਪੁਰਖ ਜੀ ਕਹਿੰਦੇ ਜੇਕਰ ਆਪਾਂ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕੀਤਾ, ਫਿਰ ਦਿਨ ਭਰ ਦੇ ਵਿੱਚ ਆਪਾਂ ਜਿੰਨੇ ਮਰਜ਼ੀ ਪਾਠ ਕਰੀਏ, ਜਿੰਨੇ ਮਰਜ਼ੀ ਧਰਮ ਕਰਮ ਦੇ ਕੰਮ ਕਰੀਏ, ਇੰਜ ਮੰਨ ਲਓ ਜਿਵੇਂ ਲਾੜੇ ਤੋਂ ਬਿਨਾਂ ਬਰਾਤ ਹੈ। ਉਸ ਤੋਂ ਬਾਅਦ ਦੂਸਰੀ ਗੱਲ ਮਹਾਂਪੁਰਖ ਜੀ ਸਮਝਾਉਂਦੇ ਨੇ ਕਿ ਭਾਈ ਜੇਕਰ ਤੁਸੀਂ ਦਾਨ ਪੁੰਨ ਕਰਦੇ ਹੋ, ਹੱਥੀਂ ਸੇਵਾ ਕਰਦੇ ਹੋ, ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਤੁਹਾਡੀ ਪਹਿਲੀ ਸੇਵਾ ਤੁਹਾਡੇ ਘਰ ਤੋਂ ਸ਼ੁਰੂ ਹੁੰਦੀ ਆ, ਤੁਹਾਡੇ ਮਾਪਿਆਂ ਦੇ ਰੂਪ ਵਿੱਚ, ਤੁਹਾਡੇ ਬਜ਼ੁਰਗਾਂ ਦੇ ਰੂਪ ਦੇ ਵਿੱਚ। ਜੇਕਰ ਤੁਸੀਂ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਦੇ ਨਾਲ ਸਾਂਭ ਰਹੇ ਹੋ, ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਹੋ, ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਸਹੀ ਨਿਭਾ ਰਹੇ ਹੋ, ਫਿਰ ਹੀ ਤੁਹਾਡੀ ਬਾਹਰ ਦੀ ਕੀਤੀ ਸੇਵਾ ਸਫਲ ਆ। ਇਹ ਨਹੀਂ ਆ ਵੀ ਆਪਾਂ ਘਰ ਦੇ ਕੰਮਾਂ ਵੱਲ ਧਿਆਨ ਨਹੀਂ ਦਿੰਦੇ, ਆਪਣੇ ਬਜ਼ੁਰਗਾਂ ਦਾ ਵਾਰ ਵਾਰ ਅਪਮਾਨ ਕਰਦੇ ਹਾਂ ਅਤੇ ਬਾਹਰ ਜਾ ਕੇ ਸੇਵਾ ਕਰਦੇ ਫਿਰਦੇ ਹਾਂ, ਤਾਂ ਇੱਦਾਂ ਦੀ ਸੇਵਾ ਦਾ ਕੋਈ ਫਲ ਨਹੀਂ ਮਿਲਣਾ। ਸਭ ਤੋਂ ਪਹਿਲੀ ਸੇਵਾ ਸਾਡੇ ਘਰ ਦੇ ਵਿੱਚ ਆ, ਸਾਡੇ ਮਾਪਿਆਂ ਦੇ ਰੂਪ ਦੇ ਵਿੱਚ। ਮਾਪਿਆਂ ਦਾ ਸਤਿਕਾਰ ਕਰੋ, ਮਾਪਿਆਂ ਦੀ ਸੇਵਾ ਕਰੋ, ਫਿਰ ਉਸ ਤੋਂ ਬਾਅਦ ਜੋ ਵੀ ਦਾਨ ਪੁੰਨ ਕਰੋਗੇ, ਜੋ ਵੀ ਸੇਵਾ ਕਰੋਗੇ ਨਾ, ਉਹਦਾ ਫਲ ਜੋ ਤੁਹਾਨੂੰ ਮਿਲੇਗਾ ਤੁਸੀਂ ਸੋਚ ਵੀ ਨਹੀਂ ਸਕਦੇ। ਅਤੇ ਜਦੋਂ ਵੀ ਕੋਈ ਵੀ ਸੇਵਾ ਕਰਨੀ ਹੈ, ਕਿਸੇ ਦੀ ਵੀ ਮਦਦ ਕਰਨੀ ਹੈ, ਬਿਨਾਂ ਭੇਦਭਾਵ ਤੋਂ, ਬਿਨਾਂ ਵਿਖਾਵੇ ਤੋਂ,
ਕੋਈ ਜਾਤ ਪਾਤ ਦਾ ਭੇਦਭਾਵ ਨਹੀਂ ਕਰਨਾ, ਰੰਗ ਰੂਪ ਦਾ ਭੇਦਭਾਵ ਨਹੀਂ ਕਰਨਾ, ਕਿਉਂਕਿ ਬਿਨਾਂ ਵਿਖਾਵੇ ਤੋਂ ਨਿਰਸਵਾਰਥ ਹੋ ਕੇ ਸੱਚੇ ਮਨ ਦੇ ਨਾਲ ਕੀਤੀ ਹੋਈ ਸੇਵਾ ਹੀ ਸਫਲ ਹੈ। ਤਾਂ ਇਹ ਦੋ ਗੱਲਾਂ ਯਾਦ ਜ਼ਰੂਰ ਰੱਖਣੀਆਂ ਨੇ, ਬੜੀਆਂ ਕੀਮਤੀ ਗੱਲਾਂ ਨੇ। ਕਈ ਵਾਰ ਅਸੀਂ ਪਾਠ ਪੂਜਾ ਬਹੁਤ ਕਰਦੇ ਹਾਂ, ਦਾਨ ਪੁੰਨ ਸੇਵਾ ਬਹੁਤ ਕਰਦੇ ਹਾਂ, ਪਰ ਜਾਣੇ ਅਣਜਾਣੇ ਦੇ ਵਿੱਚ ਕੁਝ ਐਸੀਆਂ ਗਲਤੀਆਂ ਕਰ ਬੈਠਦੇ ਹਾਂ ਜਿਸ ਕਰਕੇ ਅਸੀਂ ਆਪਣੀ ਕੀਤੀ ਹੋਈ ਸੇਵਾ ਦਾ ਪੂਰਾ ਫਲ ਨਹੀਂ ਮਾਣ ਪਾਉਂਦੇ। ਇੰਨੀ ਸੇਵਾ ਕਰਨ ਦੇ ਬਾਵਜੂਦ ਕੁਝ ਮਾੜੇ ਕਰਮ ਕਮਾ ਲੈਂਦੇ ਹਾਂ, ਜਿਵੇਂ ਨਿੰਦਿਆ ਚੁਗਲੀ ਕਰ ਲਈ, ਕਿਸੇ ਦੀ ਬੁਰਾਈ ਕਰ ਲਈ, ਕਿਸੇ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਈਰਖਾ ਰੱਖ ਕੇ ਬੈਠੇ ਹਾਂ, ਕਿਸੇ ਦਾ ਮਾੜਾ ਹੁੰਦਾ ਦੇਖ ਕੇ ਖੁਸ਼ ਹੋ ਰਹੇ ਹਾਂ, ਜਾਂ ਫਿਰ ਕਿਸੇ ਦਾ ਮਾੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਇਹ ਸਾਡੇ ਮਾੜੇ ਕਰਮ ਬਣਦੇ ਨੇ। ਫਿਰ ਆਪਾਂ ਜਿੰਨੇ ਮਰਜ਼ੀ ਪਾਠ ਪੂਜਾ ਕਰ ਲਈਏ, ਸੇਵਾ ਕਰ ਲਈਏ, ਜੇ ਇਹ ਮਾੜੇ ਕਰਮ ਕਮਾਏ ਤਾਂ ਸਾਡੀ ਸਾਰੀ ਕੀਤੀ ਹੋਈ ਸੇਵਾ, ਸਾਰੀ ਭਜਨ ਬੰਦਗੀ ਇਹ ਮਾੜੇ ਕਰਮ ਰੋੜ ਕੇ ਲੈ ਜਾਂਦੇ ਨੇ। ਇਸ ਕਰਕੇ ਇਹਨਾਂ ਮਾੜੇ ਕੰਮਾਂ ਤੋਂ ਵੀ ਦੂਰ ਰਹਿਣਾ ਹੈ, ਆਪਣੇ ਮਨ ਦੀ ਮੈਲ ਨੂੰ ਦੂਰ ਕਰਨਾ ਹੈ। ਇਸੇ ਕਰਕੇ ਤਾਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ। ਗੁਰੂ ਸਾਹਿਬ ਜੀ ਸਾਨੂੰ ਵਾਰ ਵਾਰ ਸਮਝਾਉਂਦੇ ਨੇ ਕਿ ਬੰਦਿਆ, ਤੇਰੇ ਮਨ ਦੀ ਈਰਖਾ, ਤੇਰੇ ਮਨ ਦੇ ਹੰਕਾਰ, ਤੇਰੇ ਮਨ ਦੇ ਗੁੱਸੇ ਕ੍ਰੋਧ ਨੇ ਹੀ ਤੇਰਾ ਨੁਕਸਾਨ ਕੀਤਾ ਹੋਇਆ ਹੈ। ਬਾਹਰੀ ਰੂਪ ਦੇ ਵਿੱਚ ਤੇਰਾ ਹੋਰ ਕੋਈ ਦੁਸ਼ਮਣ ਨਹੀਂ ਆ, ਤੂੰ ਆਪਣਾ ਦੁਸ਼ਮਣ ਆਪ ਬਣ ਕੇ ਬੈਠਾ ਹੈ, ਕਿਉਂਕਿ ਤੂੰ ਆਪਣੇ ਵੱਡੇ ਦੁਸ਼ਮਣਾਂ ਨੂੰ ਅੰਦਰ ਬੜੀ ਵੱਡੀ ਥਾਂ ਦਿੱਤੀ ਆ।